ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ ਯੂਟਿਊਬ ਚੈਨਲ 'ਤੇ। ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈ ਮੋਗਾ ਹੀ ਪੈਂਦੀ ਆ। ਦੋਸਤੋ ਬਾਈ ਵੀਰੇ ਦੇ ਘਰ ਆਏ ਹਾਂ, ਲਗਭਗ ਤੁਸੀਂ ਸਾਰੇ ਜਾਣਦੇ ਹੀ ਆ। ਮਾਲ ਦੁੱਧ ਵਾਲਾ ਹੁੰਦਾ ਆਪਣਾ, ਮਾਲ ਬਾਈ ਕਹਿੰਦਾ ਆਪਣਾ ਦੁੱਧ ਵਾਲਾ ਹੁੰਦਾ ਜਮਾਂ ਖਰਾ। ਬਾਕੀ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145 0968। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵਹਿੜਾਂ ਵਿਖਾਉਣੀਆਂ। ਇਨਫੋਰਮੇਸ਼ਨ ਲੈ ਦੇਣਾ, ਦੋ ਜਰਸੀਆਂ, ਇੱਕ ਡੱਬੀ ਅਤੇ ਇੱਕ ਕਾਲੀ ਕ੍ਰੋਸ ਅੰਗ ਮੱਝ ਵਰਗਾ ਦੁੱਧ ਹੋਊ ਜਾਵਾਂ ਚਿੱਟਾ। ਬਾਕੀ ਹੁਣ ਗਰਮੀ ਤਾਂ ਲੰਘ ਗਈ, ਸਿਆਲੋ ਸਿਆਲ ਦੁੱਧ ਦੇ ਨਜ਼ਾਰੇ ਦਿਓ। ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਅਤੇ ਐਡਰੈਸ ਦੱਸ ਦੀ। ਨਾਮ ਬਾਈ ਗੁਰਦੇਵ ਸਿੰਘ ਆ, ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਆਪਾਂ ਨੂੰ ਮੋਗਾ ਪੈਂਦੀ ਬਾਈ। ਫੋਨ ਨੰਬਰ ਦੱਸ ਦੀ, 8017 5567। ਇੱਕ ਨੰਬਰ ਦਾ ਕਹਿੰਦਾ ਸੂਗਾ ਇਹ ਬਾਈ, ਦੂਜਾ ਸੂਗਾ ਜਰਸੀ ਸੂਜੀ ਆ ਹੁਣ, ਠੀਕ ਹੈ। ਇਹਦੇ 10 ਪਏ ਆ ਜੀ। 10? ਹਾਂ। ਕਿੰਨਾ ਕੁ ਦੁੱਧ ਪਿਆ ਜੂ? ਦੁੱਧ 16-17 ਕਿਲੋ ਜਵਾਨ ਦੀ। ਜਾਇਜ਼ ਜੇ ਅਮਲ ਕਰਦੇ ਤਾਂ ਪਹਿਲਾਂ ਹੀ ਦੱਸ ਦੇ, ਇਹ 40 ਦੀ ਕੱਢੀਏ ਬਾਹਰ। 40 ਦੀ ਵਾ ਤੇਰੇ ਦੋਸਤੋ, ਬਿਲਕੁਲ ਜਾਇਜ਼ ਮੁੱਲ 40,000 ਦੀ ਜਰਸੀ ਦੇ ਦੇਣੀ ਹੈ। ਦੁੱਧ 13-14 ਕਿਲੋ ਪੈ ਜੂ। 16 ਕਿਲੋ ਬਾਈ ਕਹਿੰਦਾ, 16 ਕਿਲੋ ਦੁੱਧ ਆਪਾਂ ਨੂੰ ਦੱਸਿਆ ਮਾਲਕਾਂ ਨੇ ਜਿਨ੍ਹਾਂ ਤੋਂ ਆਪਾਂ ਲਈ ਹੈ। ਕੋਈ 20 ਕਿਲੋ ਮੰਨ ਕੇ ਲੈ ਲੇ, ਕੋਈ 10 ਕਿਲੋ ਮੰਨ ਕੇ ਲੈ ਲੇ, ਜਿਹਦੇ ਪਸੰਦ ਆਊ ਜਿੰਨਾ ਦੁੱਧ ਮਰਜ਼ੀ ਮੰਨ ਕੇ ਅਗਲਾ ਲੈ ਜੇ, ਠੀਕ ਹੈ। ਰੀਹ ਨਾਲ ਬਾਈ ਕਹਿੰਦਾ ਦੂਜਾ ਸੂਆ ਵੈੜ ਹੈ, ਕੋਈ ਭੈਣ ਭਰਾ ਤੀਜਾ ਸੂਆ ਸਾਬਤ ਕਰ ਦੇ ਕਿ ਤੀਜੇ ਸੂਏ ਹੋਊਗੀ, ਤੇ ਬਾਈ ਕਹਿੰਦਾ ਵੈੜ ਫ੍ਰੀ ਦੇ ਦੂੰ। 6 ਦੰਦ ਛਿੱਗੀ ਵੱਛੀ ਦੁੱਧ 16-17 ਕਿਲੋ ਬਾਈ ਦੱਸਦਾ ਪਿਆ ਜੂ। ਹਵਾਨਾ ਸੋਹਣਾ, ਸਾਈਡਾਂ 'ਚ ਵਾਲਟੈਲ ਹਜੇ ਕਾਫੀ ਬਾਕੀ ਹੈ, ਸਾਰੀ ਵਾਲਟੈਲ ਕੱਢ ਕੇ ਸੂਣਾ ਕਰਨ ਵਾਲੀ ਨੇ। 40,000 'ਚ ਬਾਈ ਕਹਿੰਦਾ ਮਾਨ ਤਾਨ ਕਰ ਦੂੰਗਾ। ਦੁੱਧ 16-17 ਕਿਲੋ ਪਿਆ ਜੂ। ਕੱਦ ਕਾਠ ਜਰਸੀ ਦਾ ਪੂਰਾ ਹੀ ਆ। 2 ਨੰਬਰ ਤੇ ਦੱਸ ਦੇ, 2 ਨੰਬਰ ਬਾਈ ਕ੍ਰੋਸ ਗਾਂ ਚੜੈਕ ਪਿੰਡ ਤੋਂ ਲਈ ਵੀ ਆ। ਦੁੱਧ ਆਪਾਂ ਨੂੰ ਦੱਸਿਆ 18 ਕਿਲੋ, ਕੋਈ ਭੈਣ ਭਰਾ 20 ਸਮਝ ਲੈ, ਠੀਕ ਆ, 10 ਮੰਨ ਕੇ ਲੈ ਲੈ, ਭਲਾ 5 ਕਿਲੋ ਮੰਨ ਕੇ ਲੈ ਲੈ। ਇੱਥੇ ਰੱਖ, ਖੁੱਲੀ ਛੋੜ, ਖੁੱਲੀ ਛੋੜ ਆ ਸਾਡੇ ਦਾ ਭਾ, ਇਹਦਾ ਭਾ ਵੇਚਣੇ ਆਪਦੇ ਬਸ। ਸਹੀ ਆ। ਹਾਂ, ਕਿੰਨੇ ਦਿਨ ਲੈ ਜੂ? ਦਿਨ 7 ਪਏ ਆ। ਉਹਨਾਂ ਨੇ ਕਿੰਨਾ ਦੁੱਧ ਦੱਸਿਆ? ਉਹਨੇ 18 ਦੱਸਿਆ, ਚੜਿੱਕੋਂ ਲਈ ਆ, ਠੀਕ ਆ। ਐਡਰੈਸ ਦੇ ਦਾਂਗੇ, ਛੋਟਾ ਗੁਰਦੁਆਰਾ ਬਾਬਾ ਖਿਸ਼ਾਲ ਸਿੰਘ ਦਾ, ਉਹਦੇ ਜਮਾਂ ਘਰ ਦੇ ਗੁਰਦੁਆਰੇ ਦੇ ਨਾਲ ਘਰ ਆ, ਉੱਥੋਂ ਲਈ। ਜੈ ਜਮਲ 35 ਦੀ ਜਿਸ ਨੂੰ 100 ਛੂਟ ਕਰਨੀ, ਕੱਢੀਏ ਬਾਹਰ ਨੂੰ। ਆ ਦੋਸਤੋ 2 ਨੰਬਰ ਬਾਈ ਦੱਸਦਾ ਪਿੰਡੋਂ ਹੀ ਗਾਂ ਲਈ ਆ, ਬਾਕੀ ਤੁਸੀਂ ਸੌਣ ਹੀ ਲਿਆ। ਕਿਹੜਾ ਇੱਕ ਗੁਰਦੁਆਰੇ ਛੋਟਾ ਬਾਬਾ ਸ਼ਹੀਦ ਬਾਬਾ ਖਿਸ਼ਾਲ ਸਿੰਘ ਸ਼ੀਸ਼ਗੰਜ ਗੁਰਦੁਆਰਾ ਵੱਜਦਾ ਏ, ਠੀਕ ਹੈ ਜੀ। ਉਹਦੇ ਕੋਲੋਂ ਗਾਂ ਲਈ ਵੀ ਆ, ਠੀਕ ਹੈ। ਉੱਥੇ ਦੋ ਮਾਤਾ ਹੀ ਰਹਿੰਦੀਆਂ ਏ, ਸਹੀ ਆ, ਉਹਨਾਂ ਦਾ ਘਰ ਵਾਲਾ ਹੈ ਨੀਗਾ, ਸਹੀ ਆ। ਬੇਬੇ ਤਗੜੀ ਆ, ਠੀਕ ਹੈ, ਸਹੀ ਆ। ਦੋਸਤੋ ਇਹ ਗੁਰਦਿੱਤ ਦੀ ਮੰਮੀ ਬੀਬੀ, 18 ਕਿਲੋ ਦੁੱਧ ਬਾਈ ਦੱਸਦਾ ਕਿ ਇਹਦੇ ਥੱਲੋਂ ਜਿਨ੍ਹਾਂ ਤੋਂ ਲਈ ਉਹ ਦੱਸ ਦੇ ਚੋਇਆ। ਬਾਕੀ ਪ੍ਰੋਪਰ ਬਾਈ ਨੇ ਐਡਰੈਸ ਦੱਸਦਾ, ਜੇ ਕਿਸੇ ਨੇ ਤਸੱਲੀ ਕਰਨੀ ਹੋਵੇ ਬਾਈ ਕਹਿੰਦਾ ਸਾਡੇ ਪਿੰਡ ਅਗਲਿਆਂ ਦੇ ਘਰੇ ਜਾ ਕੇ ਤਸੱਲੀ ਕਰ ਲੇ, ਦੁੱਧ ਦੀ ਆਪਣੀ ਕੋਈ ਗਰੰਟੀ ਨਹੀਂ। ਬਾਈ ਕਹਿੰਦਾ ਇਹ ਦੇ ਦੇ 4 ਕਿਲੋ, ਇਹ ਦੇ ਦੇ 20 ਕਿਲੋ, 36,000 ਦੀ ਦੇ ਦੇਣੀ ਆ, 35,000 ਦੀ ਗਰੰਟੀ। ਥਣਾ ਦੀ ਬਾਈ ਕਹਿੰਦਾ ਗਰੰਟੀ ਆ, ਭਾਰ ਪਿੱਛੇ ਦੀ ਗਰੰਟੀ ਆ, ਇਹਦੀ ਨਹੀਂ ਬਾਈ ਕਹਿੰਦਾ, ਚਾਰੇ ਵਹਿੜਾਂ ਦੀ ਥਣਾ ਦੀ ਗਰੰਟੀ ਹੋਊ। ਕਿਸੇ ਦੇ ਭੂਰ ਛਿੱਟਾ ਹੋਵੇ ਜਾਂ ਥਣ ਟੁੱਟਦਾ ਹੋਵੇ, ਵੀਰ ਕਹਿੰਦਾ ਉਹਦੀ ਆਪਣੀ ਗਰੰਟੀ ਆ, ਜਾਂ ਕੋਈ ਭਾਰ ਕੱਢਦੀ ਹੋਵੇ ਉਹਦੀ ਆਪਣੀ ਗਰੰਟੀ ਆ।
ਥਣ ਸੋਹਣੇ ਹੱਥੀ ਚਵਾਈ ਵਾਲੇ। ਬਾਕੀ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਊਗਾ, ਗਰੰਟੀ ਬਾਈ ਨੇ ਫੁੱਲ ਹੀ ਦੇਤੀ ਆ, ਤੇ ਬਾਈ ਨਾਲ ਅਗਲਾ ਫੋਨ ਤੇ ਆਪਦੀ ਗੱਲਬਾਤ ਕਰ ਲੈ। ਬਾਈ ਇਹਦਾ ਨਫਾ ਲੈਣਾ ਹੁੰਦਾ 2,000-3,000 ਗਾਂ ਜੋ ਐਵੇਂ ਆਪਾਂ ਲਾਂਭੇ ਲਈ ਜਾਗੇ। ਹਾਂ, ਹੁਣ ਆਪਾਂ ਨੂੰ 18-10 ਤਾਂ ਜਿਹਦਾ ਕੱਲ ਉਹਨੇ 19 ਕੱਢਤਾ, ਹਾਂ ਤਾਂ ਲਾਂਭਾ ਕੋਈ ਨੀ। ਹਾਂ, ਜੇ ਰਹਿ ਗਈ 14-15 ਤੇ ਤਾਂ ਕਹਿਣਾ ਬਾਈ ਨੇ ਕਿਹਾ ਸੀ। ਹਾਂ, ਇਹ ਵੀ ਗੱਲ ਹੈਗੀ। ਹੁਣ ਆਪਾਂ ਨੂੰ ਕੀ ਪੁੱਛ ਕੇ ਆਉਣਗੇ, 30 ਦੀ ਲਈ ਆ, 31 ਦੀ ਪੈਂਦੀ ਆ ਗਾਂ, ਮੰਗਿਆ 4,000 ਵਾਧਾ ਗਾਂ ਦਾ, ਕੀ ਪੁੱਛੇ ਆਉਣਗੇ ਤਾਂ ਪੁੱਛੇ ਆਉਣੇ ਕਿਹੜੀ ਗੱਲ ਆ ਹੁਣ। ਹਾਂ, ਆਪਾਂ ਡਰੈਸ ਦੇਤਾ ਇਹ ਗੁਰਦੁਆਰੇ ਦੇ ਜਮਾਂ ਆਏ, ਜਿਵੇਂ ਗੁਰਦੁਆਰੇ ਦਾ ਬਾਹਰ ਆਏ ਸਾਹਮਣੇ ਘਰ ਆ ਜਾਵਾਂ। ਸਹੀ ਹੈ, ਉਹ 2 ਬੁੜੀਆਂ ਹੀ ਬੁੜੀਆਂ, ਉਹਨਾਂ ਘਰ ਵਾਲੀ ਡੈਥ ਹੋਈ ਵੀ ਆ। ਠੀਕ ਹੈ ਦੋਸਤੋ, ਬਾਈ ਨੇ ਪ੍ਰੋਪਰ ਸਾਰਾ ਐਡਰੈਸ ਤੁਹਾਨੂੰ ਦੱਸਤਾ। 30,000 ਦੀ ਬਾਈ ਕਹਿੰਦਾ ਲਈ ਹੈ, 35 ਦੀ ਦੇਣੀ ਹੈ, ਵਿੱਚੋਂ ਮਾਨਵੀਰ ਕਹਿੰਦਾ ਕਰ ਦੂੰਗਾ। 3 ਨੰਬਰ ਡੱਬੀ ਵੈੜ, HF ਵੈੜ ਆ ਬਾਈ, HF ਵੈੜ। ਠੀਕ ਹੈ, ਕਿੰਨੇ ਕੁ ਦਿਨ ਲੈ ਜੂ ਕਹਿੰਦਾ ਮੈਂ ਸੂਆ? ਸੂਆ ਬਾਈ ਤੀਜਾ ਹੈ। ਠੀਕ ਹੈ, ਦਿਨ 10 ਕੱਚੀ ਆ ਜੀ, 10 ਦਿਨਾਂ ਦੀ ਬਾਈ ਕਹਿੰਦਾ ਕੱਚੀ ਹੈ, ਬੁਖਾਰ ਮੂੰਹ ਮੱਥਾ ਸਾਰਾ। ਦੁੱਧ ਕਿੰਨਾ ਕੁ ਪਿਆ ਜੂ? ਦੁੱਧ ਬਾਈ ਇਹਨਾਂ ਨੇ ਲਈ ਉਹਦਾ 22 ਕਿਲੋ ਦੱਸਦੇ, ਆਪਾਂ ਕਿਹੜਾ 22 ਧਾਰਾਂ ਵੀ ਨਹੀਂ ਮਾਰੀਆਂ ਮੈਂ ਭਾਈ। ਦੋਸਤੋ ਉਹ ਫਿਰ ਪੁੱਛਣਾ ਪੈਂਦਾ, ਪੁੱਛ ਲਈਦਾ, ਪਰ ਇੱਕ ਗੱਲ ਹੀ ਤੁਹਾਨੂੰ ਸਿਰੇ ਲਾ ਦਿੰਦਾ, ਪਸ਼ੂ ਤੁਸੀਂ ਆਪਦਾ ਵੇਖ ਕੇ ਲੈਣਾ, ਤੁਸੀਂ ਵੇਖੋ ਕਿ ਕਿੰਨਾ ਕੁ ਦੁੱਧ ਪਿਆ ਦੂ। ਜਿਹਨੇ ਪਸ਼ੂ ਵੇਚਣਾ ਅਗਲੇ ਨੇ ਤਾਂ ਕਹਿਣਾ ਅਸੀਂ ਵੀ ਆਪਦੇ ਇੰਨਾ ਦੁੱਧ ਦੇ ਦੂਗੀ, ਆਪਦੀਆਂ ਖਾਣਾ ਲੈਣੀ ਆ, ਸਾਨੂੰ ਤਾਂ ਇੰਨਾ ਇੰਨਾ ਲੋਕ ਝੂਠ ਮਾਰ ਦਿੰਦੇ, ਆਪਾਂ ਦੱਸ ਵੀ ਨਹੀਂ ਸਕਦੇ। ਹਾਂ, ਕਹਿੰਦਾ ਮੌਲੜ ਜੀ ਗਾਂ ਸੀ ਪਰਸੋਂ ਵੇਚੀ ਆ, ਕਹਿੰਦੇ 24 ਕਿਲੋ ਚੋਇਆ, ਮੈਂ ਉਹਨੂੰ ਕਹਿ ਹੀ ਦਿੱਤਾ ਬੁੜੀ ਨੂੰ, ਮੈਂ ਕਿਹਾ ਮਾਤਾ 24 ਭਾਰ ਵਾਲੀ ਵੀ ਨਹੀਂ ਲੱਗਦੀ। ਉਹ ਕਹਿੰਦੇ ਤੂੰ ਨਾ ਲੈ, ਨਹੀਂ ਲੱਗਦੀ ਤਾਂ ਉਹ ਮੈਨੂੰ ਕਹਿੰਦੀ। ਠੀਕ ਹੈ, ਉਸਦੇ ਗੱਲ ਵੀ ਸਹੀ ਹੈ, ਅਗਲਾ ਕਹਿ ਦਿੰਦਾ ਜਿਹੜਾ ਸੂਆ ਸੂਆ ਪਸ਼ੂ ਆ ਜੀ, ਜਿੰਨਾ ਅਗਲਾ ਦੁੱਧ ਦੱਸ ਦਿਓ ਤਾਂ ਤੁਸੀਂ ਚੋ ਕੇ ਹੀ ਵੇਖ ਲੈਣਾ, ਉੱਥੇ ਤਾਂ ਕੋਈ ਸ਼ੱਕ ਹੀ ਨਹੀਂ ਰਹਿ ਗਿਆ। ਪਰ ਜਿਹੜਾ ਗੱਭਣ ਪਸ਼ੂ ਆ, ਜਿੱਥੇ ਅਗਲਾ ਦੁੱਧ ਦੱਸਦਾ, ਉਹ ਤੁਸੀਂ ਆਪਦੀ ਸਮਝ ਨਾ ਲਓ ਕਿ ਜਿੰਨਾ ਦੁੱਧ ਮਾਲਕ ਦੱਸਦਾ 15 ਕਿਲੋ ਇਹ ਦੇ ਦੂਗੀ ਕਿ 5 ਕਿਲੋ ਦੇਊਗੀ, ਉਹ ਤੁਸੀਂ ਵੇਖਣਾ, ਕਿਉਂਕਿ ਤੁਸੀਂ ਪੈਸੇ ਲਾਉਣੇ ਆ। ਠੀਕ ਹੈ, ਜੇ ਆਪਾਂ ਰੋਜ਼ ਪਹੁੰਚ ਰਹਿੰਦੇ ਆ, ਇੰਨਾ ਹਾਕਾ ਦੇਣ ਦਾ ਐਵੇਂ 24-24 ਆਪਾਂ ਨੂੰ ਕਹਿਤਾ ਅਗਲੇ ਨੇ, ਆਪਾਂ ਦੱਸਤਾ, ਪਰ ਆਪਣਾ ਅੰਦਾਜ਼ ਮੇਰਾ ਮਨ ਇਹ ਕਹਿੰਦਾ। ਠੀਕ ਹੈ, ਦਿਨ ਕਿੰਨੇ ਦੱਸਿਆ? ਦਿਨ 7 ਪਏ ਮੌਲੇ ਦਾ ਮੁੱਲ। ਹਾਂ ਨਾ ਅਹਿਮਦ, ਮੁੱਲ ਕਰਨ ਜਿੰਨਾ ਮਰਜ਼ੀ ਕਰਾ, 46,000 ਦੀ ਵਸ਼ੀ ਦੇ, 46,000 ਦੀ ਬਾਈ ਕਹਿੰਦਾ ਦੇਣੀ ਆ, ਵਿੱਚੋਂ ਛੋੜ ਕਰ ਦੂੰਗਾ, ਕਾਣੇ ਖੋੜ ਪਰ ਲਈ 4 ਨੰਬਰ। ਦੋਸਤੋ ਇਹ 4 ਪਸ਼ੂ ਹੈ, ਥੋੜ੍ਹਾ ਥੋੜ੍ਹਾ ਮਾਨ ਤਾਨ ਸਾਰੇ ਨਗਾਂ 'ਚ ਹੀ ਹੋਜੂ, ਜੇ ਕੋਈ ਜੋੜਾ ਲੈ ਲੈਂਦਾ ਭੋਰਾ ਵੱਧ ਹੋਜੂ। 2 ਜਰਸੀਆਂ, 1 ਡੱਬੀ ਹੈ, 1 ਕਾਲੇ ਰੰਗ ਦੀ ਕਰੋਸ ਅੰਗ ਆ। ਲਾਸਟ ਬਾਰੇ ਦੱਸ ਦਈਏ ਇਹ ਬਈ, ਰਹਿੰਦਾ ਪੰਜਾਬ ਵਾਲੀ ਜਰਸੀ ਆ, ਦੁੱਧ ਦੱਸਿਆ 16 ਕਿਲੋ ਭਲੂਣ ਦਾ ਚੋਇਆ, ਦੂਜੇ ਸੂਦੀ ਆ, ਕੁਛ 17 ਮੰਨਲੇ, 18 ਮੰਨਲੇ, 10 ਮੰਨਲੇ, ਆਪਾਂ ਨਹੀਂ ਕਹਿ ਸਕਦੇ। ਠੀਕ ਆ, ਭਾਰ ਪਿੱਛੇ ਲੋਕ ਕੇ ਆ, ਰਾਤ ਲਈ ਆ ਕੱਲ, ਹਾਂ ਨਾ 46,000 ਦੀ ਦੇਣੀ। ਦਿਨ ਕਿੰਨੇ? ਦਿਨ 7। 7 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ, ਜਿਹਨਾਂ ਤੋਂ ਲਈ ਆ ਉਹ 16 ਕਿਲੋ ਦੁੱਧ ਦੱਸਦੇ ਆ, 1 ਹਫ਼ਤਾ ਕੱਚੀ ਹੈ, 46,000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ। ਵਲ ਢਿੱਲਾਂ ਪਈਆਂ ਬਹੁਤ ਹੈ, ਪੂਰੇ ਥੱਲੇ ਵੀ ਜਿਹੜੇ ਜਿੰਦ ਜਾਣਾ, ਕੱਦ ਵਾਲੀ ਗਾਂ ਬੱਕਰੀ ਦੀ ਆ। ਦੋਸਤੋ ਗੋਡੇ ਕੇ ਜਿੱਡੀ ਵੱਛੀ ਨਹੀਂ, ਸੋਹਣੀ ਕੱਦ ਕਾਠ ਵਾਲੀ ਆ। ਬਾਕੀ ਢਾਂਚਾ ਤੁਸੀਂ ਸਕਰੀਨ ਤੇ ਵੇਖ ਰਹੇ ਆ, ਸਾਰੀ ਵਲ ਢਿੱਲ ਕੱਢ ਕੇ ਸੋਹਣਾ ਸੀਲ ਬਹੁਤ ਆ ਬਾਈ ਕਹਿੰਦਾ, ਸਿੱਧੇ ਪਾਸੇ ਦੀ ਬਹਿ ਜਾਓ, ਪੁੱਠੇ ਪਾਸੇ ਦੀ ਬਹਿ ਜਾਓ, ਜਿਹੜੇ ਪਾਸੇ ਦੀ ਮਰਜ਼ੀ ਬਹਿ ਜਾਓ, ਆ ਚਵਾਈ ਵੇਖ ਲਓ। ਸਹੀ ਆ, ਬਾਕੀ ਜਿਹਦੇ ਪਸੰਦ ਆਊ ਅਗਲਾ ਆਪਦਾ ਆ ਕੇ ਚੀਪਾ ਕੱਢ ਕੇ ਵੇਖ ਲੇ। 46,500 ਦੀ ਬਾਈ ਕਹਿੰਦਾ ਆਪਾਂ ਦੇਣੀ ਆ ਦੁੱਧ। ਬਾਈ ਕਹਿੰਦਾ ਜਿਹਨਾਂ ਤੋਂ ਲਈ ਉਹ ਦੱਸਦੇ ਆ 16 ਕਿਲੋ 'ਚ ਹੋਇਆ, ਇਹ ਬਾਈ ਕਹਿੰਦਾ ਚਵਾਜੇ 17, ਇਹ ਚਵਾਜੇ 18, ਇਹ ਚਵਾਜੇ 10 ਕਿਲੋ, ਜਿਹਦੇ ਪਸੰਦ ਆਊ ਅਗਲਾ ਆਪਦੀ ਸਮਝ ਨਾ ਲੈ ਲੇ। ਬਾਈ ਕਹਿੰਦਾ ਜਿਵੇਂ ਇੱਕ ਉਦਾਹਰਨ ਦਿੱਤੀ ਸੀ ਬਾਈ ਨੇ,
ਭਾਈ ਕਹਿੰਦਾ ਜੇ ਮੰਨ ਲਓ ਆਪਾਂ 16 ਕਿਲੋ ਕਹਿਤਾ ਤੇ ਜੇ ਕਿਸੇ ਦੇ ਘਰੇ ਜਾ ਕੇ 18 ਕਿਲੋ ਦੇਤਾ ਉਹ ਅਗਲਾ ਤਾਂ ਕਹਿੰਦਾ ਨਹੀਂ, ਜਦੋਂ 2 ਕਿਲੋ ਵੱਧ ਦੁੱਧ ਦੇਤੀ ਫਿਰ ਤਾਂ ਭਾਈ ਕਹਿੰਦਾ ਅਗਲਾ ਫੋਨ ਨਹੀਂ ਲਾਉਂਦਾ, ਤੇ ਜੇ 2 ਕਿਲੋ ਘੱਟ ਦੇ ਫਿਰ ਅਗਲਾ ਫੋਨ ਲਾਉਂਦਾ, ਬਾਈ ਯਾਰ ਤੂੰ ਤਾਂ 16 ਗਿਆ ਸੀ ਤਾਂ 14 ਦੇ ਜਾਂਦੀ ਹੈ। ਪਰ ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਆਪਾਂ ਮਾਂ ਨਾਲ ਵੀ ਕਹਿ ਸਕਦੇ ਹਾਂ ਕੰਮ ਤੂੰ ਵੀ ਵੀਡੀਓ ਬਣਾਉਣਾ ਹੈ, ਸਾਰੇ ਵਪਾਰੀ ਲਿਜਾਂਦੇ ਆ ਤੂੰ ਵੀ ਵੀਡੀਓ ਦੀਆਂ ਵੀਡੀਓ ਲਿਜਾ ਕੇ ਦੂਰੀ ਯਾਰ ਆਪਾਂ ਨੂੰ ਬਣਾਉਣਾ ਜਾਲ ਜਾ, ਪਰ ਆਪਣਾ ਲੋਕਾਂ ਨੂੰ ਭਾਅ 'ਚ ਫਰਕ ਹੋਊ 5-7 ਹਜ਼ਾਰ ਮਗਰ ਗਾਣਾ ਦਾ, ਜਦੋਂ ਮਰਜ਼ੀ ਪਤਾ ਕਰਿਆ। ਸਹੀ ਆ, ਬਾਕੀ 4 ਨਾਗ ਸੇਲ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ, ਫੋਨ ਨੰਬਰ ਸਕਰੀਨ ਤੇ ਆ, ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ। ਇੱਕ ਸੂਈ ਵੀ ਵਹਿੜ ਆਉਣ ਵਾਲੀ ਆ, ਹੋਰ ਘੰਟੇ ਕਿ ਤੱਕ ਆ ਜੂਗੀ, ਘੰਟੇ ਨੂੰ ਆ ਜੂ ਅੱਛੀ ਮਗਰ ਆ ਉਹਦੇ, ਠੀਕ ਹੈ, ਲੈਣੀ ਦਾ ਸੰਪਰਕ ਕਰ ਸਕਦੇ। ਸਹੀ ਵਾਰ ਵਹਿੜ ਆਉਂਦੀ ਆ, ਸੂਈ ਸਵਾਈ ਆ ਮਗਰ ਬੱਚੀ ਆ, ਘੰਟੇ ਕਿ ਤੱਕ ਆ ਜੂ, ਜੇ ਕੋਈ ਲੈਣ ਦਾ ਚਾਹਵਾਣਾ ਤਾਂ ਵੀਰ ਨੂੰ ਫੋਨ ਲਾ ਲਿਓ। ਆਪਣਾ ਕੰਮ ਵੀਡੀਓ ਬਣਾਉਣੀ, ਪਸ਼ੂ ਤੁਹਾਨੂੰ ਵਿਖਾਤੇ ਆ, ਹੁਣ ਅੱਗੇ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਊ ਅਗਲਾ ਆਪਦੀ ਨਿਰਖ ਪਰਖ ਨਾਲ ਸੌਦਾ ਕਰ ਲਏ। ਮੇਰੇ ਵੱਲੋਂ ਜਿੰਨੇ ਪੈਸੇ ਮੰਗੇ ਆ ਬਾਈ ਨੇ ਉਨੇ ਦੀ ਲੈ ਜੇ, ਮੇਰੇ ਵੱਲੋਂ ਭਾਵੇਂ ਕੋਈ ਫ੍ਰੀ ਲੈ ਜੇ, ਪਰ ਮੇਰਾ ਕੰਮ ਆ ਵੀਡੀਓ ਬਣਾਉਣਾ। ਪਸ਼ੂ ਤੁਹਾਨੂੰ ਵਿਖਾਤੇ ਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।